ਲੋਕਾਂ ਦੇ ਵੇ ਕੀਤੀਆਂ ਨੀ ਚੌੜੀਆਂ ਐਸੇ ਬੰਦੇ ਜੱਟ ਦੇ ਗਰੁੱਪ ਚ ਨਾ ਭਰਤੀ ਵੇੜੇ ਉੱਤੇ ਝਾੜ ਪਿੱਛੋਂ ਚੱਕ ਲੈਂਦੇ ਪੌੜੀਆਂ ਜਿੰਨੇ ਤੁਸੀਂ ਗਾਣੇ ਕੱਢੇ ਨੇ ਉਹਨੇ ਨੈਟ ਉੱਤੇ ਪਿਆ ਮੇਰੇ ਲੀਕ ਬੱਲਿਆ ਸਾਲਾ ਗੀਤ ਚੱਲੇ ਇੱਕ ਨਾ ਤੇ ਕਤੀੜ ਵਿੱਚ ਬੜੀ ਹੈ ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਲ ਅਤੇ ਅੱਜ ਆਪਾਂ ਗੱਲ ਕਰਾਂਗੇ ਕਰਨ ਔਜਲਾ ਅਤੇ ਸਿੱਧੂ ਮੂਸੇਵਾਲੇ ਬਾਰੇ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਕਰਨ ਔਜਲਾ ਦੇ ਫੈਨ ਵੀਡੀਓ ਜਲਦੀ ਜਲਦੀ ਲਾਈਕ ਕਰਨ ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣ ਸਿੱਧੂ ਮੂਸੇਵਾਲੇ ਦੇ ਕਰਨ ਔਜਲਾ ਦਾ ਮੁੱਦਾ ਸੋਸ਼ਲ ਮੀਡੀਆ 'ਤੇ ਇੰਨਾ ਕੁ ਗਰਮ ਹੋ ਗਿਆ ਕਿ ਹੁਣ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਸਿੱਧੂ ਮੂਸੇਵਾਲੇ ਦੇ ਫੈਨ ਹਰ ਲਾਈਵ 'ਤੇ ਸਿੱਧੂ ਮੂਸੇਵਾਲੇ ਨੂੰ ਕਹਿੰਦੇ ਨੇ ਕਿ ਕਰਨ ਔਜਲਾ ਨੂੰ ਰਿਪਲਾਈ ਕਰ ਇਸੇ ਤਰ੍ਹਾਂ ਇਸ ਸਿੱਧੂ ਮੂਸੇਵਾਲੇ ਦੀ ਆਸਟ੍ਰੇਲੀਆ ਦੇ ਲਾਈਵ ਸ਼ੋਅ ਦੀਆਂ ਕਾਫੀ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਉਹਨਾਂ ਨੇ ਕਰਨ ਔਜਲਾ ਨੂੰ ਆਪਣੇ ਤਿੱਖੇ ਬੋਲਾਂ ਦੇ ਨਾਲ ਰਿਪਲਾਈ ਕੀਤਾ ਜਿਸ ਦੀਆਂ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈਆਂ ਅਤੇ ਆਸਟ੍ਰੇਲੀਆ ਦੇ ਲਾਈਵ ਸ਼ੋਅ ਦੀਆਂ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਹਨਾਂ ਨੇ ਗੁਲਾਬ ਸਿੱਧੂ ਦੀ ਵੀ ਮੰਜੀ ਠੋਕੀ ਸੀ ਮੁੱਦੇ ਦੀ ਗੱਲ ਕਰੀ ਇਹਨਾਂ ਰਿਪਲਾਈਆਂ ਨੂੰ ਲੈ ਕੇ ਕਰਨ ਔਜਲਾ ਦਾ ਗੀਤ ਆਇਆ ਯਾਰ ਗਰਾਰੀ ਬਾਜ ਦਿਲਪ੍ਰੀਤ ਢਿੱਲੋਂ ਦੇ ਨਾਲ ਇਸ ਗੀਤ ਨੂੰ ਲੈ ਕੇ ਸਿੱਧੂ ਮੂਸੇਵਾਲੇ ਨੇ ਕੋਈ ਰਿਪਲਾਈ ਤਾਂ ਨਹੀਂ ਕੀਤਾ ਪਰ ਸਿੱਧੂ ਮੂਸੇਵਾਲੇ ਦੇ ਫੈਨ ਨੇ ਇਸ ਗਾਣੇ ਨੂੰ ਲੈ ਕੇ ਕਮੈਂਟਾਂ ਵਿੱਚ ਦਿਲਪ੍ਰੀਤ ਅਤੇ ਕਰਨ ਔਜਲਾ ਰਿਪਲਾਈ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹਨਾਂ ਕਮੈਂਟਾਂ ਦੇ ਕਰਕੇ ਇਹ ਮੁੱਦਾ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਗਰਮ ਹੋਇਆ ਆਓ ਇੱਕ ਝਲਕ ਮਾਰਦੇ ਹਾਂ ਦਰਪ੍ਰੀਤ ਢਿੱਲੋਂ ਅਤੇ ਕਰਨ ਔਜਲਾ ਦੇ ਨਵੇਂ ਆਏ ਗਾਣੇ ਦੇ ਉੱਤੇ ਭੁਪਿੰਦਰ ਸੇਠੀ ਲਿਖਦੇ ਨੇ ਖੇਤੀ ਵਰਗਾ ਕੋਈ ਧੰਦਾ ਨਹੀਂ ਅਤੇ ਮੂਸੇਵਾਲੇ ਵਰਗਾ ਬੰਦਾ ਨਹੀਂ ਕਿਸੇ ਨੇ ਲਿਖਿਆ ਕਿ ਗੁਲਾਬ ਤਾਂ ਠੰਡਾ ਕਰਵਾਤਾ ਸੀ ਕਰਨ ਨੇ ਹੁਣ ਲੱਗਦਾ ਦਿਲਪ੍ਰੀਤ ਢਿੱਲੋਂ ਵੀ ਕਰਵਾਉਣਾ ਕਿਉਂਕਿ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਮੂਸੇਵਾਲਾ ਹੋਈ ਪਈ ਆ ਕਿਸੇ ਨੇ ਲਿਖਿਆ ਜਾ ਸਾਲਿਆ ਪਹਿਲਾਂ ਤਾਂ ਗੁਲਾਬ ਦੀ ਬੇਇੱਜ਼ਤੀ ਹੋਈ ਸੀ ਅਤੇ ਹੁਣ ਦਿਲਪ੍ਰੀਤ ਢਿੱਲੋਂ ਦੀ ਕੋਈ ਲਿਖਦੇ ਨੇ ਰੀਸ ਨਹੀਂ ਹੋਣੀ ਜੱਟ ਮੂਸੇਵਾਲੇ ਦੀ ਅਤੇ ਕੋਈ ਲਿਖਦਾ ਮੂਸੇਵਾਲਾ ਜੱਟ ਆ ਰਿਹਾ ਬਚੋ ਜਿੰਨਾ ਬਚ ਸਕਦੇ ਅਤੇ ਕੋਈ ਲਿਖਦਾ ਸਿੱਧੂ ਮੂਸੇਵਾਲੀ ਗੱਲ ਨਹੀਂ ਬਣੀ ਭਾਵੇਂ ਮੰਡੀਰ 100 ਇਕੱਠੀ ਕੀਤੀ ਇੱਕ ਸੌਂਗ 'ਚ ਅਤੇ ਕੋਈ ਲਿਖਦਾ ਕਿੱਥੋਂ ਰੀਸ ਹੋਣੀ ਸਿੱਧੂ ਮੂਸੇਵਾਲੇ ਤੀ ਕਰਨ ਤੋਂ ਅਤੇ ਕੋਈ ਲਿਖਦਾ ਮੂਸੇਵਾਲਾ ਜੱਟ ਠੋਕ ਠੋਕ ਰੱਖੂਗਾ ਅਤੇ ਕੋਈ ਲਿਖਦਾ ਜੱਟ ਦਾ ਮੁਕਾਬਲਾ ਤੁਹਾਡੇ ਕੋਲੋਂ ਨਹੀਂ ਹੋਣਾ ਕੱਟੜ ਫੈਨ ਆਫ ਸਿੱਧੂ ਬਾਈ ਪਲੀਜ਼ ਲਾਈਕ ਅਤੇ ਕੋਈ ਲਿਖਦਾ ਕਿ ਢਿੱਲੋਂ ਤੇਰਾ ਨਵਾਂ ਨਵਾਂ ਵਿਆਹ ਹੋਇਆ ਭਾਬੀ ਸਾਹਮਣੇ ਮੂਸੇਵਾਲੇ ਤੋਂ ਲਾਫਾ ਕਰਵਾਉਂਦਾ ਵਧੀਆ ਨਹੀਂ ਲੱਗਦਾ ਪੁੱਤ ਕਿਤੇ ਮੂਸੇਵਾਲੇ ਨਾਲ ਨਾ ਸੈੱਟ ਹੋ ਜਾਏ ਦੇਖੀ ਉਸਦੀ ਫੈਨ ਹੋਣੀ ਅਤੇ ਕੋਈ ਲਿਖਦਾ ਸੌਂਗ ਕਿਸਦਾ ਅਤੇ ਕਮੈਂਟਾਂ ਵਿੱਚ ਮੂਸੇਵਾਲਾ ਹੋਈ ਪਈ ਆ ਹਿੱਟ ਲਾਈਕ ਫੋਰ ਸਿੱਧੂ ਮੂਸੇਵਾਲਾ ਤੇ ਕੋਈ ਲਿਖਦਾ ਗੀਤ ਚੱਲੇ ਇੱਕ ਨਾ ਕਤੀੜ ਵਿੱਚ ਬੜੀਏ ਸਾਲਾ ਗੀਤ ਚੱਲੇ ਇੱਕ ਨਾ ਤੇ ਕਤੀੜ ਵਿੱਚ ਬੜੀਏ ਜਿਵੇਂ ਕਿ ਤੁਸੀਂ ਦੇਖਿਆ ਦਿਲਪ੍ਰੀਤ ਢਿੱਲੋਂ ਤੇ ਕਰਨ ਔਜਲਾ ਦੇ ਗਾਣੇ ਤੇ ਕਿਵੇਂ ਮੂਸੇਵਾਲਾ ਹੋਈ ਪਈ ਆ ਤੇ ਇਹਨਾਂ ਗੱਲਾਂ ਤੋਂ ਹਿਸਾਬ ਲਾ ਸਕਦੇ ਕਿ ਸਿੱਧੂ ਮੂਸੇਵਾਲੇ ਨੇ ਪੂਰੀ ਪੰਜਾਬੀ ਇੰਡਸਟਰੀ ਹਿਲਾ ਕੇ ਰੱਖ ਦਿੱਤੀ ਜਿੱਥੇ ਕਿ ਪਹਿਲਾਂ ਸਿੱਧੂ ਮੂਸੇਵਾਲੇ ਆਪ ਰਿਪਲਾਈ ਕਰਦਾ ਸੀ ਤੇ ਹੁਣ ਸਿੱਧੂ ਮੂਸੇਵਾਲੇ ਦੇ ਫੈਨ ਰਿਪਲਾਈ ਕਰਨ ਲੱਗੇ ਨੇ ਤੇ ਅੱਜ ਲਈ ਇੰਨਾ ਹੀ ਤੇ ਮਿਲਦੇ ਹਾਂ ਨਵੀਂ ਵੀਡੀਓ ਨਾਲ ਜਲਦੀ ਤੇ ਤੁਸੀਂ ਕਿ ਸਿੰਗਰ ਦੇ ਫੈਨ ਨੂੰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਸਿੱਧੂ ਮੂਸੇਵਾਲਾ ਜਾਂ ਕਰਨ ਔਜਲਾ ਹੁਣ ਤੱਕ ਲਈ ਇੰਨਾ ਹੀ ਜਿਹਨਾਂ ਸਰੋਤਿਆਂ ਨੇ ਹਜੇ ਤੱਕ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਦੇ ਆਈਕੋਨ 'ਤੇ ਵੀ ਕਲਿੱਕ ਕਰਿਓ ਤਾਂ ਜੋ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਨੂੰ ਸਾਰੇ ਤੋਂ ਪਹਿਲਾਂ ਮਿਲ ਸਕਣ।